ਗੱਡੀ 'ਚ ਲਾਈ ਬੈਠਾ ਸੀ ਸ਼ਰਾਬ ਨੂੰ ਸਪਲਾਈ ਕਰਨ ਵਾਲਾ ਯੰਤਰ। ਪੁਲਿਸ ਨੇ ਫੜੀ 1 ਲੱਖ ਲੀਟਰ ਸ਼ਰਾਬ। ਵੇਖ ਕੇ ਹੋ ਜਾਓਗੇ ਹੈਰਾਨ। ਤਾਂ ਦੱਸ ਦਈਏ ਕਿ ਲੋਕ ਸਭਾ ਚੋਣਾਂ ਕਰਕੇ ਪੁਲਿਸ ਥਾਂ ਥਾਂ 'ਤੇ ਨਾਕਾਬੰਦੀ ਅਤੇ ਛਾਪੇਮਾਰੀ ਕਰ ਰਹੀ ਹੈ। ਤਾਂ ਇਸੀ ਦੌਰਾਨ ਪੁਲਿਸ ਨੇ 1 ਕਾਰ ਨੂੰ ਬਰਾਮਦ ਕੀਤਾ ਜਿਸ ਦੇ ਵਿੱਚ ਸ਼ਰਾਬ ਨੂੰ ਸਪਲਾਈ ਕਰਨ ਵਾਲਾ ਯੰਤਰ ਰੱਖਿਆ ਹੋਇਆ ਸੀ, ਜਿਸ ਨੂੰ ਵੇਖ ਕੇ ਪੁਲਿਸ ਵੀ ਹੈਰਾਨ ਰਹਿ ਗਈ। ਤਾਂ ਉਹਨਾਂ ਦੇ ਵੱਲੋਂ 1 ਘਰ ਦੀ ਤਲਾਸ਼ੀ ਲਈ ਗਈ ਜਿਸ ਦੇ ਵਿੱਚੋਂ ਕਰੀਬ 1 ਲੱਖ ਲੀਟਰ ਤੋਂ ਵੀ ਵੱਧ ਦੀ ਸ਼ਰਾਬ ਬਰਾਮਦ ਹੋਈ ਹੈ ਅਤੇ ਇਸ ਦੇ ਨਾਲ 2 ਚਾਲੂ ਭੱਠੀਆਂ ਵੀ ਫੜੀਆਂ ਗਈਆਂ ਨੇ। ਤਾਂ ਦੱਸ ਦਈਏ ਕਿ ਮਾਮਲਾ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਜਿੱਥੇ ਸਰਚ ਆਪਰੇਸ਼ਨ ਦੇ ਦੌਰਾਨ ਪੁਲਿਸ ਨੇ 1 ਘਰ ਦੀ ਤਲਾਸ਼ੀ ਲਈ ਤਾਂ ਉਸ ਦੇ ਵਿੱਚੋਂ ਕਰੀਬ 1 ਲੱਖ ਲੀਟਰ ਦੀ ਸ਼ਰਾਬ ਮਿਲਦੀ ਹੈ ਅਤੇ 1 ਗੱਡੀ ਵੀ ਬਰਾਮਦ ਕੀਤੀ ਗਈ ਜਿਸ ਦੇ ਵਿੱਚ ਸ਼ਰਾਬ ਨੂੰ ਸਪਲਾਈ ਕਰਨ ਵਾਲਾ ਯੰਤਰ ਲੱਗਿਆ ਹੋਇਆ ਸੀ। ਤਾਂ ਪੁਲਿਸ ਨੇ ਹੁਣ ਸਾਰੀ ਸ਼ਰਾਬ ਜ਼ਬਤ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜੀ ਬਿਲਕੁਲ, ਅੱਜ ਮੁਕਤਸਰ ਪੁਲਿਸ ਨੇ ਬਹੁਤ ਵਧੀਆ ਸ਼ਲਾਘਾਯੋਗ ਕੰਮ ਕੀਤਾ ਹੈ। ਜਿੱਦਾਂ ਸਾਰਿਆਂ ਨੂੰ ਪਤਾ, ਇਲੈਕਸ਼ਨ ਮੋਰਚੇ ਸਾਰੇ ਚੱਲ ਰਹੇ ਨੇ ਅਤੇ ਮਾਣਯੋਗ ਚੋਣ ਕਮਿਸ਼ਨ ਅਤੇ ਸ੍ਰੀ ਗੌਰਵ ਜਾਵੀ IPS DGP ਪੰਜਾਬ ਦੇ ਦੀਆਂ ਹਦਾਇਤਾਂ ਦੇ ਮੁਤਾਬਕ ਕੰਮ ਕਰ ਰਹੇ ਨੇ। ਸਾਡੇ ਮਾਣਯੋਗ SSP ਸਾਹਿਬ ਭਾਗੀਰਥ ਮੀਨਾ ਜੀ, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜੇ ਮਾੜੇ ਅਨਸਰਾਂ ਦੇ ਖਿਲਾਫ਼ ਮੁਹਿੰਮ ਵਿੱਢੀ ਗਈ ਆ, ਉਹਦੇ ਤਹਿਤ ਅੱਜ ਅਸੀਂ ਸਵੇਰੇ ਸਾਡੇ DSP D ਜਸਪਾਲ ਸਿੰਘ ਜੀ, DSP ਸਬ ਡਿਵੀਜ਼ਨ ਸਤਨਾਮ, CAG ਇੰਚਾਰਜ ਗੁਰਵਿੰਦਰ, SHO ਬਰੂਵਾਲਾ ਜਗਸੀਰ, SHO ਇਕਬਾਲ, SHO ਸਿਟੀ ਅਤੇ ਨਾਲ ਐਕਸਾਈਜ਼ ਦੀਆਂ ਟੀਮਾਂ ਨੂੰ ਨਾਲ ਲੈ ਕੇ ਅੱਜ ਇਹ ਕਾਸੂ ਓਪਰੇਸ਼ਨ ਚਲਾਇਆ ਸੀ, ਸਰਚ ਓਪਰੇਸ਼ਨ ਸੀ, ਜਿਹਦੇ 'ਚ ਸਾਨੂੰ ਇੱਕ ਇਨਫੋਰਮੇਸ਼ਨ ਮਿਲਦੀ ਆ ਕਿ ਫਲਾਨੀ ਥਾਂ ਦੇ ਉੱਤੇ ਜਾ ਕੇ ਗੁਨਿਆਣੇ ਰੋਡ 'ਤੇ ਕੋਈ ਨਜਾਇਜ਼ ਫੈਕਟਰੀ ਕਿਸੇ ਨੇ ਜਿਹਦੇ 'ਚ ਨਜਾਇਜ਼ ਲਾਨ ਕੱਢ ਰਹੇ ਨੇ, ਉਹ ਬਣਾ ਰਹੇ ਨੇ, ਜਿਹਦੇ ਤਹਿਤ ਅਸੀਂ ਉੱਥੇ ਰੇਡ ਕਰਦੇ ਹਾਂ। ਦੌਰਾਨੇ ਰੇਡ ਸਾਨੂੰ ਉੱਥੇ ਬੜੀ ਅੱਛੀ ਰਿਕਵਰੀ ਉੱਥੇ ਮਿਲਦੀ ਆ, ਜਿਹਦੇ 'ਚ ਸਾਨੂੰ ਕਰੀਬ 1 ਲੱਖ ਲੀਟਰ ਲਾਨ 1 ਜਗ੍ਹਾ ਤੋਂ ਬਰਾਮਦ ਹੁੰਦੀ ਆ। ਇਹਦੇ ਤਹਿਤ ਹੀ ਅਲੱਗ ਅਲੱਗ ਥਾਵਾਂ ਤੋਂ ਹੋਰ ਵੀ ਰਿਕਵਰੀ ਹੁੰਦੀ ਹੈ, ਜਿਹਦੇ ਤਹਿਤ ਅਸੀਂ ਕਰੀਬ 6 ਮੁਕੱਦਮੇ ਦਰਜ ਕੀਤੇ ਨੇ ਅਤੇ 7 ਜਿਹੜੇ ਮੁਜਰਮ ਨੇ ਉਹ ਰਾਊਂਡ ਅਪ ਕੀਤੇ ਨੇ। ਦੇਖੋ, ਜਿਹੜਾ ਅਸੀਂ ਅਜੇ ਫਰਦਰ ਇਹ ਇਨਵੈਸਟੀਗੇਸ਼ਨ ਦਾ ਪਾਰਟ ਆ, ਅਜੇ ਫਿਲਹਾਲ ਅਸੀਂ ਬੰਦੇ ਰਾਊਂਡ ਅਪ ਕੀਤੇ ਨੇ, ਉਹਦੇ 'ਚ ਅਸੀਂ ਪਰਚਾ ਦਰਜ ਕੀਤਾ ਆ ਅਤੇ ਉਹਦੀ ਪੁੱਛਗਿੱਛ ਜਿਹੜੀ ਹੈ ਉਹ ਚੱਲ ਰਹੀ ਆ ਕਿ ਇਹਨਾਂ ਨੇ ਕਦੋਂ ਤੋਂ ਸ਼ੁਰੂ ਕੀਤਾ ਸੀ, ਜਿਹਦੇ 'ਚ ਅਸੀਂ ਗੱਡੀਆਂ ਵੀ ਰਿਕਵਰ ਕੀਤੀਆਂ ਨੇ। ਗੱਡੀਆਂ ਦੇ ਵਿੱਚ ਵੀ ਇਹਨਾਂ ਨੇ ਕੋਈ ਮਤਲਬ ਉਹਦੇ 'ਚ ਇੱਕ ਯੰਤਰ ਇਹਨਾਂ ਨੇ ਲਾਇਆ ਹੋਇਆ ਸੀ ਜਿਹਦੇ ਨਾਲ ਇਹ ਦਾਰੂ ਅੱਗੇ ਸਪਲਾਈ ਕਰਦੇ ਸੀ। ਦੇਖੋ, ਅਜੇ ਇਹਦੀ ਮੁੱਢਲੀ ਤਫਤੀਸ਼ ਇੱਦਾਂ ਦਾ ਕੁਛ ਨਹੀਂ ਹੈ, ਪਰ ਅੱਗੇ ਫਰਦਰ ਇਹ ਪੁੱਛਗਿੱਛ ਅੱਗੇ ਚੱਲ ਰਹੀ ਹੈ। ਜੋ ਜਿੱਦਾਂ ਵੀ ਸਾਡੇ ਕੋਲ ਅੱਗੇ ਕੋਈ ਆਊਗੀ ਚੀਜ਼, ਉਦਾਂ ਤੁਹਾਨੂੰ ਅੱਗੇ ਅਸੀਂ ਦੱਸਿਆ ਜਾਊਗਾ। ਜਿਹੜੀ ND ਦੀ ਰਿਕਵਰੀ ਹੈ ਉਹ 'ਚ ਵੀ ਹੋਈ ਹੈ, 5 ਗ੍ਰਾਮ ਹੀਰੋਇਨ ਦੀ ਰਿਕਵਰੀ ਹੋਈ ਹੈ, ਕੋਈ ਰਜਨੀ ਨਾਮ ਦੀ ਕੋਈ ਹੈਗੀ ਹੈ ਉਹਦੇ ਕੋਲ ਰਿਕਵਰੀ ਕੀਤੀ ਹੈ। ਜਿਹੜੀ ਸਿਟੀ ਥਾਣੇ 'ਚ ਰਿਕਵਰ ਹੈ ਤਾਂ ਉਹਦੇ ਤਹਿਤ ਮੁਕੱਦਮਾ ਦਰਜ ਹੈ, ਅਤੇ ਉਹਦੀ ਵੀ ਅੱਗੇ ਜਿਹੜੀ ਪੁੱਛਗਿੱਛ ਬੈਕਵਰਡ ਫਾਰਵਰਡ ਲਿੰਕੇਜ ਦੇ ਉੱਤੇ ਕੰਮ ਕੀਤਾ ਜਾ ਰਿਹਾ। ਫਿਲਹਾਲ ਇੱਦਾਂ ਦੀ ਕੋਈ ਗੱਲ ਨਹੀਂ ਸਾਹਮਣੇ ਆਈ ਵੀ ਇਹਨਾਂ ਦਾ ਪਹਿਲਾਂ ਲਿੰਕ ਹੈਗਾ ਜਿਹਦਾ ਕੋਈ ਫੈਕਟਰੀ ਫੜੀ ਗਈ ਹੈ, ਪਰ ਫਿਰ ਵੀ ਅਜੇ ਅਸੀਂ ਤਫਤੀਸ਼ ਦੇ ਦੌਰਾਨ ਪੁੱਛਗਿੱਛ ਇੰਟਰੋਗੇਸ਼ਨ ਚੱਲੇਗੀ, ਉਸ ਦੇ ਵਿੱਚ ਜੋ ਵੀ ਸਾਹਮਣੇ ਆਊਗਾ ਉਹ ਤੁਹਾਡੇ ਤੁਹਾਨੂੰ ਜ਼ਰੂਰ ਉਹਦੇ ਬਾਰੇ ਬਰੀਫ ਕੀਤਾ ਜਾਏਗਾ।